ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟਾਂ ਦੀ ਕਲੈਕਸ਼ਨ। ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਕਿਉਂਕਿ ਵੀਡੀਓ ਤੇ ਲਾਸਟ ਤੇ ਆਪਾਂ ਕੁਝ ਗਰਮੀਆਂ ਵਾਲੇ ਘੱਟ ਪ੍ਰਾਈਸ ਵਾਲੇ ਸੂਟ ਲਗਾਏ ਹੁੰਦੇ ਨੇ, ਤੁਸੀਂ ਉਹਨਾਂ ਵਿੱਚੋਂ ਵੀ ਸੂਟ ਬਾਏ ਕਰ ਸਕਦੇ ਹੋ। ਇਹ ਰਹਿਣਗੇ ਵਿਸਕੋਸ ਕਰੇਪ ਵਿਦ ਜਕਵਾਰਡ ਦਾ ਸੂਟ ਰਹੇਗਾ, ਪਰ ਮੀਟਰ ਦੇ ਹਿਸਾਬ ਨਾਲ ਵੀ ਲੈ ਸਕਦੇ ਹੋ। ਪ੍ਰਾਈਜ਼ ਉੱਪਰ ਲੱਗਾ ਹੋਇਆ ਕੋਈ ਵੀ ਸੂਟ ਤੁਸੀਂ ਲੈ ਸਕਦੇ ਜਿਹੜਾ ਸੂਟ ਪਸੰਦ ਹੁੰਦਾ ਹੈ। ਜਿਹੜੇ ਅਗਲੇ ਸੂਟ ਨੇ ਇਹ ਵੀ ਬਹੁਤ ਹੀ ਪਿਆਰੇ ਸੂਟ ਰਹਿਣਗੇ। ਇਹ ਤੁਹਾਨੂੰ ਪਿਓਰ ਲਿਲਨ ਵਿੱਚ ਸੂਟ ਮਿਲੇਗਾ, ਇੰਬਰੋਇਡਰੀ ਕੀਤੀ ਗਈ ਹੈ। ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਲੈ ਸਕਦੇ ਹੋ, ਪ੍ਰਾਈਜ਼ ਆਪਾਂ ਉੱਪਰ ਲਗਾ ਦਿੱਤਾ। ਕੋਈ ਵੀ ਸੂਟ ਇਹਨਾਂ ਵਿੱਚ ਬਾਏ ਕਰ ਸਕਦੇ ਹੋ, ਬਿਲਕੁਲ ਸੌਫਟ ਲਿਲਨ ਵਿੱਚ ਤੁਹਾਨੂੰ ਇਹ ਫੈਬਰਿਕ ਮਿਲੇਗਾ। ਜਿਹੜੇ ਅਗਲੇ ਸੂਟ ਰਹਿਣਗੇ ਇਹ ਵੀ ਤੁਹਾਨੂੰ ਮਿਲਣਗੇ ਜੀ, ਮਸਲੀਨ 'ਚ ਸੂਟ ਮਿਲਣਗੇ, ਬਹੁਤ ਹੀ ਪਿਆਰੇ। ਪ੍ਰਿੰਟ ਬਹੁਤ ਹੀ ਸੋਹਣਾ ਰਹੇਗਾ, ਪਿਓਰ ਮਸਲੀਨ 'ਚ ਰਹਿਣਗੇ, ਬੋਟਮ ਪਲੇਨ ਰਹੇਗੀ, ਸ਼ਰਟ ਪ੍ਰਿੰਟਡ ਰਹੇਗੀ। ਜਿਹੜਾ ਵੀ ਸੂਟ ਪਸੰਦ ਹੁੰਦਾ ਉਹ ਸੂਟ ਦਾ ਸਕਰੀਨਸ਼ੋਟ ਮੇਰੇ ਵਟਸਐਪ ਨੰਬਰ 'ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ। ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ, ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ। ਸ਼ਿਪਿੰਗ ਫ੍ਰੀ ਰਹੇਗੀ, ਆਲ ਇੰਡੀਆ ਸ਼ਿਪਿੰਗ ਫ੍ਰੀ ਰਹੇਗੀ। ਅਗਲੇ ਜਿਹੜੇ ਸੂਟ ਇਹ ਵੀ ਤੁਹਾਨੂੰ ਆਲ ਓਵਰ ਸੂਟ ਮਿਲੇਗਾ, ਕੋਟਨ ਦਾ ਸੂਟ ਰਹੇਗਾ, ਥਰੈਡ ਵਰਕ ਇੰਬਰਾਇਡਰੀ ਕੀਤੀ ਗਈ, ਨਾਲ ਰਹੇਗਾ ਦੁਪੱਟਾ, ਦੁਪੱਟੇ ਦੇ ਉੱਪਰ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਮਿਲੇਗਾ। ਜਿਹੜੇ ਅਗਲੇ ਸੂਟ ਰਹਿਣਗੇ ਇਹ ਵੀ ਤੁਹਾਨੂੰ ਮਿਲਣਗੇ ਜੀ, ਪਿਓਰ ਕੈਮਰਿਕ ਕੋਟਨ ਦਾ ਸੂਟ ਮਿਲੇਗਾ, 5 ਮੀਟਰ ਲੈਂਥ ਰਹੇਗੀ ਸੂਟ ਦੀ, ਨਾਲ ਰਹੇਗਾ ਦੁਪੱਟਾ, ਦੁਪੱਟੇ 'ਤੇ ਵੀ ਬਹੁਤ ਸੋਹਣੀ ਲੈਸ ਲਗਾਈ ਗਈ ਹੈ। ਜਿਹੜੇ ਅਗਲੇ ਸੂਟ ਰਹਿਣਗੇ ਇਹ ਵੀ ਤੁਹਾਨੂੰ ਆਲ ਓਵਰ ਸੂਟ ਮਿਲੇਗਾ, 5 ਮੀਟਰ ਦੀ ਕੱਟ ਰਹੇਗੀ, ਪਿਓਰ ਕੈਮਰਿਕ ਕੋਟਨ ਦਾ ਤੁਹਾਨੂੰ ਸੂਟ ਮਿਲੇਗਾ, ਪ੍ਰਿੰਟਡ ਪੂਰਾ ਸੂਟ ਪ੍ਰਿੰਟ ਵਾਲਾ ਹੋਏਗਾ, ਘੱਟ ਪ੍ਰਾਈਸ ਵਿੱਚ ਰਹਿਣਗੇ। ਪ੍ਰਾਈਜ਼ ਉੱਪਰ ਲੱਗਾ ਹੋਇਆ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਵੀ ਬਾਏ ਕਰ ਸਕਦੇ ਹੋ। ਅਗਲੇ ਜਿਹੜੇ ਸੂਟ ਇਹ ਵੀ ਤੁਹਾਨੂੰ ਪਿਓਰ ਕੈਮਰਿਕ ਕੋਟਨ ਦਾ ਹੀ ਸੂਟ ਮਿਲੇਗਾ, ਫੈਂਸੀ ਥਰੈਡ ਵਰਕ ਕੀਤਾ ਗਿਆ, ਬਹੁਤ ਸੋਹਣਾ ਡਿਜੀਟਲ ਪ੍ਰਿੰਟ ਰਹਿਣਗੇ, ਨਾ ਰਹੇਗਾ ਪਿਓਰ ਦੁਪੱਟਾ ਮਿਲੇਗਾ ਕੋਟਨ ਦਾ, ਡਿਜੀਟਲ ਪ੍ਰਿੰਟ ਰਹੇਗਾ। ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ, ਪ੍ਰਾਈਜ਼ ਆਪਾਂ ਸਾਰੇ ਸੂਟਾਂ ਦੇ ਉੱਪਰ ਮੈਂਸ਼ਨ ਕੀਤਾ ਹੋਇਆ। ਹਾਂਜੀ, ਅੱਜ ਦੇ ਸੂਟਾਂ ਦੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਵੀਡੀਓ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ।